ਗੁਰੂਕਾਰ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਸਮੂਹ ਸੰਗਤਾਂ ਵੱਲੋਂ ਬਾਬਾ ਯੱਖ ਜੀ ਦਾ ਪ੍ਰਗਟ ਦਿਵਸ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਾਈਚਾਰੇ ਦੇ ਵੱਖ-ਵੱਖ ਆਗੂ ਸੰਗਤਾਂ ਦੇ ਰੂਬਰੂ ਹੋਏ। ਇਸੇ ਲੜੀ ਤਹਿਤ ਨਿਊਯਾਰਕ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਸਮਾਜ ਸੇਵੀ ਅਤੇ ਰਾਜਸੀ ਰਸੂਖ ਰੱਖਣ ਵਾਲੇ ਸਿਟੀ ਕੌਂਸਲ ਦੀਆਂ ਚੋਣਾਂ ਵਿੱਚ ਜ਼ਿਲ੍ਹਾ 23 ਤੋਂ ਉਮੀਦਵਾਰ ਹਰਪ੍ਰੀਤ ਸਿੰਘ ਤੂਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। बीते दिन गुरुकार सिख सेंटर ऑफ न्यूयॉर्क विखे समूह संगतां वल्लों बाबा यक्ख जी दा प्रगट दिवस बड़े ही श्रद्धा भावना नाल मनाया गया। इस मौके भाईचारे दे वख-वख आगू संगतां दे रूबरू होए। इसे लड़ी तहत न्यूयॉर्क विच एक जाणिया पछाणिया नाम समाज सेवी अते राजसी रसूख रखण वाले सिटी कौंसल दीआं चोणां विच जिला 23 तों उम्मीदवार हरप्रीत सिंह तूर ने विशेष तौर ते शिरकत कीती। इस मौके संगतां नूं संबोधन करदिआं ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਸਾਰੇ ਸਮਾਜਿਕ ਵਿਤਕਰਿਆਂ ਦਾ ਸਾਹਮਣਾ ਹੁਣ ਵੀ ਕਰਨਾ ਪੈ ਰਿਹਾ ਹੈ, ਜਿਸ ਦੇ ਨਿਪਟਾਰੇ ਲਈ ਸਾਡੀ ਕਮਿਊਨਿਟੀ ਦੇ ਕੁਝ ਮੈਂਬਰ ਸਿਟੀ ਵਿੱਚ ਹੋਣੇ ਚਾਹੀਦੇ ਨੇ, ਤਾਂ ਜੋ ਅਸੀਂ ਆਪਣੀ ਗੱਲ ਸਿਟੀ ਪ੍ਰਸ਼ਾਸਨ ਸਾਹਮਣੇ ਰੱਖ ਕੇ ਅਸੀਂ ਆਪਣੇ ਕੰਮ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਇਹ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਤੋਂ ਇਲਾਵਾ 3 ਹੋਰ ਸਿੱਖ ਚਿਹਰੇ ਇਹਨਾਂ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ। ਉਹਨਾਂ ਕਿਹਾ ਕਿ ਸਾਨੂੰ ਅੱਗੇ ਵੱਧ ਕੇ ਸਿਟੀ ਵਿੱਚ ਆਪਣੀ ਥਾਂ ਬਣਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹੁਣ ਸਾਨੂੰ ਆਪਣੇ ਕੰਮਾਂ ਅਤੇ ਮੁਸ਼ਕਿਲਾਂ ਸੰਬੰਧੀ ਸਿਟੀ ਪ੍ਰਸ਼ਾਸਨ ਨੂੰ ਜਾਣੂ ਕਰਵਾਉਣਾ ਪੈਂਦਾ ਹੈ ਅਤੇ ਇਸ ਦਾ ਹੱਲ ਨਿਕਲਦਿਆਂ ਕਾਫੀ ਸਮਾਂ ਬੀਤ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਸਾਡੇ ਬੱਚਿਆਂ ਨੂੰ ਵੀ ਇਸ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਕੋਈ ਸਾਰਥਕ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਸੰਗਤਾਂ ਨੂੰ ਬਾਬਾ ਯੱਖ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਕਮਿਊਨਿਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਾ ਕੇ ਉਹਨਾਂ ਨੂੰ ਸਿਟੀ ਕੌਂਸਲ ਵਿੱਚ ਭੇਜੋ, ਤਾਂ ਜੋ ਉਹਨਾਂ ਦੇ ਕੰਮ ਵਧੀਆ ਢੰਗ ਨਾਲ ਹੋ ਸਕਣ ਅਤੇ ਸਾਡੀ ਆਵਾਜ਼ ਸਿਟੀ ਕੌਂਸਲ ਤੱਕ ਪਹੁੰਚ ਸਕੇ। ਇਸ ਮੌਕੇ ਸੰਤ ਨਿਧਾਨ ਸਿੰਘ ਕਲਚਰਲ ਸੁਸਾਇਟੀ ਦੇ ਚੇਅਰਮੈਨ ਅਤੇ ਗੁਰੂ ਘਰ ਦੇ ਪ੍ਰਧਾਨ ਤਰਲੋਚਨ ਸਿੰਘ ਭੱਟੀ ਵੱਲੋਂ ਵੀ ਸੰਗਤਾਂ ਨੂੰ ਹਰਪ੍ਰੀਤ ਸਿੰਘ ਤੂਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ, ਪਰ ਉਸ ਦੇ ਨਾਲ ਨਾਲ ਇੱਕ ਹੋਰ ਅੱਖਰ ਜਿਹੜਾ ਬਾਅਦ ਵਿੱਚ ਲਾਇਆ ਜਾ ਜੋੜਿਆ ਗਿਆ ਉਹ ਹੈਗਾ ਆ ਵੀ ਜੀ ਹਿੰਦੂ ਧਰਮ ਦੀ ਰੱਖਿਆ ਕੀਤੀ। ਇਹ 'ਚ ਕੋਈ ਸ਼ੱਕ ਨਹੀਂ, ਪਰ ਹਿੰਦ ਦੀ ਚਾਦਰ ਜਦ ਹੁੰਦੀ ਆ ਗੱਲ ਉਦੋਂ ਸਾਰੇ ਧਰਮ ਵਿੱਚ ਆਉਂਦੇ ਆ। ਔਰ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਹਾਂ ਇੱਥੇ ਆ ਕੇ ਸਿੱਖੀ ਬਾਰੇ ਸਾਨੂੰ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਪਤਾ ਲੱਗਾ ਵੀ ਸਿੱਖੀ ਹੈ ਕੀ ਚੀਜ਼। ਅਸੀਂ ਜੇ ਸਿੱਖ ਹਾਂ ਇੱਥੇ ਆ ਕੇ ਜਦ ਅਸੀਂ ਗੱਲ ਕਰਦੇ ਹਾਂ ਜੀ ਇਕੁਐਲਿਟੀ ਆਫ ਰਿਲੀਜਨ, ਫਰੀਡਮ ਆਫ ਸਪੀਚ, ਫਰੀਡਮ ਆਫ ਥਾਟ, ਸਾਡੇ ਤਾਂ ਬਹੁਤ ਪਹਿਲਾਂ ਤਾਂ ਲਿਖਿਆ ਹੋਇਆ ਸੀ, ਪਰ ਸਾਨੂੰ ਤਰੀਕੇ ਨਾਲ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਅਤੇ ਕਰਾਉਣ ਦੇ ਵਿੱਚ ਇਸ਼ੂ ਹੈਗੇ ਆ। ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਸੀ ਉਹ ਕਿਸੇ ਇੱਕ ਧਰਮ ਵਾਸਤੇ ਨਹੀਂ ਸੀ, ਉਹ ਫਰੀਡਮ ਆਫ ਰਿਲੀਜਨ ਵਾਸਤੇ ਸੀ, ਔਰ ਸਾਨੂੰ ਉਹ ਕਦੇ ਵੀ ਭੁੱਲਣਾ ਚਾਹੀਦਾ। ਔਰ ਜਿਵੇਂ ਕਿ ਪ੍ਰਧਾਨ ਸਾਹਿਬ ਤਰਲੋਚਨ ਸਿੰਘ ਭੱਟੀ ਸਾਹਿਬ ਨੇ ਕਿਹਾ ਹੈ ਵੀ ਮੈਂ ਸਿਟੀ ਕੌਂਸਲ ਲਈ ਰਨ ਕਰ ਰਿਹਾ, ਮੈਂ ਕੌਂਸਲ ਡਿਸਟ੍ਰਿਕਟ 23 ਤੋਂ ਰਨ ਕਰ ਰਿਹਾ, ਬਰੋਡਲੀ ਯਾਨੀ ਕਿ 188 ਤੋਂ ਲੈ ਕੇ LI ਦੇ ਬਾਰਡਰ ਤੱਕ ਅਤੇ ਜਮੇਕਾ ਐਵਨਿਊ ਤੋਂ ਨੌਰਥ ਅਪ ਟੂ LI ਐਕਸਪ੍ਰੈਸ, ਇੰਨਾ ਕੁ ਇਹ ਏਰੀਆ ਪੈਂਦਾ। ਮੈਂ ਹਮੇਸ਼ਾ ਇੱਥੇ ਜਦ ਆਉਂਦਾ ਇੱਕ ਗੱਲ ਕਹਿੰਦਾ ਹੁੰਦਾ ਵੀ ਅਸੀਂ ਟੇਬਲ 'ਤੇ ਨਹੀਂ ਹੈਗੇ ਅਜੇ ਵੀ। 30 ਸਾਲ ਦੀ ਜਿਹੜੀ ਤਸ਼ੱਦਦ ਸੀ ਉਹ ਧਰਤੀ ਤਿਆਰ ਕਰਨ ਨੂੰ ਬੀ ਪਾਉਣ ਵਾਸਤੇ ਇੱਕ ਜੱਦੋਜਹਿਦ ਸੀ। ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਜਸਲੀਨ ਦੇ ਇਲਾਵਾ 3 ਸਰਦਾਰ ਕੈਂਡੀਡੇਟ ਪੱਗਾਂ ਵਾਲੇ ਰਨ ਕਰ ਰਹੇ ਆ। ਉਹ ਗੱਲ ਜੁਦੀ ਆ ਵੀ ਆਮ ਦਾ ਓਨਲੀ ਵਨ ਜਿਹਨੇ ਕਿ ਕਦੀ ਪੱਗ ਨਹੀਂ ਲਾਈ, ਨੇ ਕਦੀ ਦਾੜੀ ਕੇਸ ਨਹੀਂ ਕਤਲ ਕੀਤੇ। ਔਰ ਇਸੇ ਕਰਕੇ ਸ਼ਾਇਦ ਮੇਰਾ ਐਕਸਪੀਰੀਅੰਸ ਆ ਜਿਹੜਾ ਉਹ ਡਿਫਰੈਂਟ ਆ ਦੂਜਿਆਂ ਨਾਲੋਂ।
मैं वो गल कदी नहीं भुलनी भी जदों मैं आया मैं क्लीवलैंड गया सी ग्रीन कार्ड होने के बावजूद इंटरव्यू होने के बावजूद तो मैंने जब यह गल कही गई भी भाई तू क्लीन शेव होकर आ जा तो तैनू असी हायर कर लवेंगे एज ए एज एन असिस्टेंट मैनेजर एट ए बी एफ गोडरेज वेयरहाउस दैट वॉज बिग पोजिशन जिन्हों पता बट आई रिफ्यूज टू नहीं ये काम मैं नहीं करना क्लीन शेव मैं होकर मैं जॉब नहीं लेनी एंड आई एंडेड अप न्यूयॉर्क और न्यूयॉर्क आके जिमें कि सारे असी शुरुआत की डिलीवरियां करता रहा डब्बे ढोंदा रहा बेसमेंट रेंट रेंट ते लई आ अखबारों ते सुत्ता पर गिला नहीं है एक्सपीरियंस है और मैं वह एक्सपीरियंस है जिहड़ा उस एक्सपीरियंस नूं असी अज दी डेट दे विच साडे नाल की हुंदा जब कोई चीज़ सानूं चाहीदी है ना सानूं जाके उहनां नूं दसणा पैंदा असैंबलीमैन हो गए कांग्रेसमैन हो गए सैनेटर्स हो गए लोकल सैनेटर्स हो गए फॉर एग्जाम्पल रिलीजियस गार बिल है जिहड़ा पास कराउण नूं 10 साल दी तशद्दुद बैक एंड फोर्थ और मैं अगे वी इत्थे इह गल कही सीगी सी भई टोनी अवेला वाज अगेन और जॉन लू वाज द वन जिन्हें वह जितने तो बाद सब तो पहला वह सैनेट के बिल लिया हूँ सवाल इस चीज़ का आ जाता भी असी उन्हां कोलों यह चीज़ां हुण तक जाके पहला सानू उन्हां नू एक्सप्लेन करना पैंदा समझाउणा पैंदा फिर उस तो बाद असी उन्हां नू कहिंदे भी क्यों सानू यह चीज़ां चाहीदियां जस्ट इमेजिन थोड़ा अपना बंदा उत्थे बैठा होवे मैं एक गल इतने बड़ी बार कह चुका भी ईदर यू आर एट द टेबल और यू आर ऑन द मेन्यू मेरे तो पहला माफ बोल के गए आ उन्होंने एक गल कही आ कि जिहड़े इतों के सिनेगॉग आ जां चर्चस है उन्होंने फंडिंग जाती है वह सीधी फंडिंग नहीं जाती इस कोई शक नहीं फंडिंग वगैरह जांदियां पर कितना जांदियां आ सानू बहुत घट बंदे आ जिन्हां नूं पता मैं एक दो काम करवाए आ पर वो काम आ जिहड़े जे होए आ इस करके नहीं होए भी मैं हरप्रीत सिंह धूर ने करवाए इस करके होए आ भी तुसी जद भी मैं जिथे आ के जे कोई गल तुहाडे नाल शेयर कीती आ तां तुसी उहदा हुंगारा भरिया मोढे नाल मोढा ला के खड़े होए आ और जेडे इलैक्टेड उन्होंने पता है भी जे हरप्रीत कुछ कहता जे तूर कुछ कहता है तो ये बंदे है जेडे बंदे दे विल मेक ए डिफरेंस इन विनिंग एंड लूजिंग हुण तक साडा यह रोल रहा भी असी विनर ते लूजर दे विच रोल प्ले करते साडा टाइम वो आ गया भी वी शुड बी द मेन प्लेयर इन सर्टन पार्ट्स और वो एक कारण हो रहा जिहदे वल कोई भी ध्यान नहीं दिंदा वो हैगी रीडिस्ट्रिक्टिंग हर 10 सालां बाद डिस्ट्रिक्ट बाउंड्रीज चेंज हुंदियां इस साल वह चेंज होनियां अगले साल तो सिटी कौंसल डिस्ट्रिक्ट असैंबली डिस्ट्रिक्ट स्टेट सैनेटर डिस्ट्रिक्ट सारे दियां बाउंड्रीज चेंज होनियां और मैं इन्ना पता भी मैं ऑलरेडी कुछ एक बंदे जिहड़े कि मैटर करते हैं टू चेंज दोज बाउंडरीज उन्होंने नाल जो मेरी गल हुई दे प्रोमिस के एक साउथ एशियन डिस्ट्रिक्ट आ जिहड़ा और एक साउथ एशियन असैंबली एंड मे बी ए सैनेटर ऑलसो असी जितिए ना जितिए दैट्स यस डोन पे असी जी कोई एम होवे ना होवे पर असी कुछ ना कुछ करना खड़ना जी दिस एंड दैट और डिस्ट्रिक्ट जिहड़े बनने आ those districts will make a difference for our kids jadon punjab avenue da naam punjab avenue rakhaya si ta mainu ek sawal paya si us assembly women ne bhai why you want to name it punjab avenue 11 avenue ta mainu ekko gal kahi si main keha bhai if you go to punjab then you would know pe punjab de vich you find sikh you find hindu you find muslim you find christians
सेम वे 101 एवन्यू के उत्ते 123 स्ट्रीट तो लैके 111 तक वो 101 पंजाब एवन्यू आ तुम उत्तर तुर के देख लो थानू उत्ते मंदिर भी मिलता थानू गिरजा भी मिलता थानू गुरद्वारा भी मिलता है थानू मसीत भी मिलती है पर मेरे वास्ते सवाल ये भी असी उन्हां तो जाके मंगते हैं साड़ी वो चीज़ है जिहड़ी साड़ी अपनी जिहड़ी जरूरत हैगी है असी थोड़ा अपना बंदा जो उत्थे बैठा होगा इट विल मेक ए डिफरेंस और अखीर दे विच एक गल मैं होर थोड़े नाल शेयर करांगा कि असी वोटां पाउण जाण तो बहुत झिझकदे हाँ एबसेंट वोटिंग भी हैगी है अर्ली वोटिंग भी हैगी है जिहड़ी 12 जून तो शुरू हो जानी है बाय प्लीज आप भी वोटां जरूर पाउणियां जिहड़े नहीं जांदे उहनां नूं भी पुश करना जिहनां दीआं वोटां नहीं बणी हुई टोट दी सिटीजन हैगे आ उन्हां दीआं वोटां बणाउण दा अजे भी टाइम हैगा आ और जद वोट पाउण जाओ दास नूं ना भुल्लियो क्योंकि मैं डिस्ट्रिक्ट ते क्वींस विलेज फ्लोरल पार्क बैलरोज रोजडेल हॉलिस हॉलिस हिल्स ओकलैंड गार्डनस ऑल द वे जिदा मैं दस्या 188 तो एल आई जमैका एवन्यू तो लैके एल आई एक्सप्रैस तक दैट्स द मेन डिस्ट्रिक्ट प्लीज वोटां जरूर भुगतानियां और लैट्स मेक ए डिफरेंस लैट्स क्रिएट ए हिस्ट्री हियर पुल चुक दी खिमा देश दुनिया की हर खबर ते नज़र रखने दे लई हुण साडा डेली इंटरनेशनल एडिशन पढ़ने दे लई लॉगिन करो साडी वैबसाइट ते www.apnapunjabmedia.com ते तेसे दे नाल ही तुसी इत्थे साडा डेली ई पेपर भी पढ़ सकदे हो ते जल्द ही विजिट करो साडी वैबसाइट ते